ਹੁਸ਼ਿਆਰਪੁਰ ਤੋਂ ਲੋਕ ਸਭਾ ਚੋਣਾਂ ਦੇ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਇਸੇ ਤਹਿਤ ਅੱਜ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਬਨ ਸਿੰਘ ਕੁਲਾਰ ਦੀ ਅਗਵਾਈ ਵਿੱਚ ਫਗਵਾੜਾ ਹਲਕੇ ਦੇ ਪਿੰਡ ਵਜੀਦੋਵਾਲ, ਖਲਵਾੜਾ ਅਤੇ ਫਤਿਹਗੜ੍ਹ ਆਦਿ ਪਿੰਡਾਂ ਵਿੱਚ ਤੂਫਾਨੀ ਦੌਰੇ ਕੀਤੇ ਗਏ, ਜਿਸ ਦੌਰਾਨ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਵੱਲੋਂ ਅਕਾਲੀ ਦਲ ਭਾਜਪਾ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਉਹਨਾਂ ਨਾਲ ਭਾਜਪਾ ਦੇ ਸੀਨੀਅਰ ਲੀਡਰ ਅਵਤਾਰ ਸਿੰਘ ਮੰਡ ਅਤੇ ਇੰਦਰਜੀਤ ਸਿੰਘ ਖੁਰਾਣਾ ਵੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਨ ਸਿੰਘ ਕੁਲਾਰ ਨੇ ਕਿਹਾ ਕਿ ਉਹਨਾਂ ਵੱਲੋਂ ਸੋਮ ਪ੍ਰਕਾਸ਼ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਲੋਕਾਂ ਵਿੱਚ ਵੀ ਸੋਮ ਪ੍ਰਕਾਸ਼ ਅਤੇ ਮੋਦੀ ਪ੍ਰਤੀ ਕਾਫ਼ੀ ਉਤਸ਼ਾਹ ਪਾਇਆ ਗਿਆ। ਉਹਨਾਂ ਕਿਹਾ ਕਿ ਸਾਰੇ ਲੋਕਾਂ ਨੇ ਭਰੋਸਾ ਦਵਾਇਆ ਹੈ ਕਿ ਉਹ ਸੋਮ ਪ੍ਰਕਾਸ਼ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ। ਇਸ ਮੌਕੇ ਕਈ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਵੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਲਕਾ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜੀ ਕਹਿਣ ਦੇ ਆ ਜਿਹੜੇ ਦੇ ਹੱਕ ਦੇ ਵਿੱਚ ਜਿਹੜੀਆਂ ਚੋਣ ਮੀਟਿੰਗਾਂ ਕੱਲ੍ਹ ਸ਼ੁਰੂ ਕੀਤੀਆਂ ਸੀ ਪਿੰਡਾਂ ਦੀਆਂ, ਔਰ ਅੱਜ ਸਵੇਰੇ ਪਹਿਲਾਂ ਵਜੀਦੋਵਾਲ 8 ਵਜੇ ਗਏ। ਉੱਥੇ ਵੀ ਜਿਹੜਾ ਮੌਜੂਦਾ ਸਰਪੰਚ ਆ ਉਹ ਪਹਿਲਾਂ ਵੀ ਸਾਡੇ ਨਾਲ ਰਿਹਾ, ਅੱਜ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਮੈਂ ਵਜੀਦੋਵਾਲ ਤੋਂ, ਕਿਉਂਕਿ ਜੋ ਸਾਨੂੰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਔਰ ਬਾਦਲ ਸਾਹਿਬ ਨੇ ਦਿੱਤਾ ਹੈ ਸਾਡੇ ਪਿੰਡ ਨੂੰ, ਅਸੀਂ ਉਹਨੂੰ ਕਦੇ ਵੀ ਭੁੱਲ ਨਹੀਂ ਸਕਦੇ। ਇਸ ਕਰਕੇ ਸਾਰੇ ਪਿੰਡ ਨੇ ਕਿਹਾ ਵੀ ਅਸੀਂ ਵੋਟਾਂ ਪਾਵਾਂਗੇ। ਉਸ ਤੋਂ ਬਾਅਦ ਖਲਵਾੜੇ ਵੀ ਬਹੁਤ ਵੱਡੀ ਮੀਟਿੰਗ ਹੋਈ ਆ, ਔਰ ਹੁਣ ਫਤਿਹਗੜ੍ਹ ਸਾਹਿਬ ਆਏ ਹਾਂ, ਇੱਥੇ ਵੀ ਬਹੁਤ ਉਤਸ਼ਾਹ ਹੈਗਾ ਕਿਉਂਕਿ ਇਹ ਤਾਂ ਨਗਰ ਪਹਿਲਾਂ ਹੀ ਇਹਦਾ ਵੀ 60% ਵਾਲਾ ਹੀ ਆ, ਅਤੇ ਅੱਜ ਤੇਜ਼ੀ ਜੀ ਸਾਡੇ ਵੀ ਵਿੱਚ ਸ਼ਾਮਲ ਹੋਏ ਆ। ਮੈਂ ਕਹਿੰਦਾ ਉਹਨਾਂ ਦਾ ਬਹੁਤ ਇਸ ਇਲਾਕੇ 'ਚ ਅਸਰ ਆ, ਉਹ ਵੀ ਨਾਲ ਮੂਹਰੇ ਹੋ ਕੇ ਚੱਲਣਗੇ। ਤੋ ਜੋ ਉਤਸ਼ਾਹ ਸਾਨੂੰ ਇਹ ਇਲੈਕਸ਼ਨ ਦੇ ਵਿੱਚ ਮਿਲ ਰਿਹਾ, ਇੱਕ ਹਵਾ ਹੀ ਬਦਲ ਗਈ। ਜਿਸ ਤਰ੍ਹਾਂ ਸਾਰਾ ਆਪਣੇ ਭਾਰਤ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦਾ, ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 10 ਤਰੀਕ ਨੂੰ ਮੋਦੀ ਸਾਹਿਬ ਉੱਥੇ ਹੁਸ਼ਿਆਰਪੁਰ ਇਸ ਹਲਕੇ ਦੇ ਨੂੰ ਸੰਬੋਧਨ ਕਰਨ ਵਾਸਤੇ ਆ ਰਹੇ ਆ, ਤੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਗੱਲ ਹੋਵੇਗੀ। ਔਰ ਹਵਾ ਹੀ ਪੰਜਾਬ ਦੀ ਬਦਲ ਗਈ, ਜਿਹੜਾ ਲੋਕਾਂ ਦਾ ਗਲਤ ਪ੍ਰੋਪੋਗੰਡਾ ਕਰਕੇ ਅੱਗੇ ਸਰਕਾਰ ਬਣੀ ਸੀ ਉਹ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ, ਹੁਣ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ। ਔਰ ਇਸ ਕਰਕੇ ਅੱਜ ਫਿਰ ਬਾਦਲ ਸਾਹਿਬ ਦਾ, ਮੋਦੀ ਸਾਹਿਬ ਦਾ ਸਾਰੇ ਲੋਕ ਸਤਿਕਾਰ ਕਰਦੇ ਆ, ਅਤੇ ਬਹੁਤ ਵੱਡੀ ਜਿੱਤ ਪ੍ਰਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਭਾਜਪਾ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਲੋਕ ਇਸ ਵਾਰ ਵੀ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ ਕਿ ਇਸ ਵਾਰ ਫਿਰ ਦੇਸ਼ ਵਿੱਚ ਮੋਦੀ ਸਰਕਾਰ ਆਵੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅੱਗੇ ਵੀ ਸੋਮ ਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਪਿੰਡ ਫਤਿਹਗੜ੍ਹ ਦੇ ਵਿੱਚ ਅਸੀਂ ਜਿਹੜਾ ਲੋਕ ਸਭਾ ਦੀ ਚੋਣ ਹੈਗੀ ਉਹਦੇ ਪ੍ਰਚਾਰ ਦੇ ਵਾਸਤੇ ਇਸ ਪਿੰਡ ਵਿੱਚ ਆਏ ਹਾਂ, ਔਰ ਦੇਖ ਰਹੇ ਹਾਂ ਪਿੰਡਾਂ ਦੇ ਵਿੱਚ ਬੜਾ ਉਤਸ਼ਾਹ ਆ ਅਕਾਲੀ BJP ਦੇ ਹੱਕ ਦੇ ਵਿੱਚ ਮੋਦੀ ਸਾਹਿਬ ਨੂੰ ਦੁਬਾਰਾ ਪ੍ਰਧਾਨ ਮੰਤਰੀ ਚੁਣਨ ਦੇ ਵਾਸਤੇ। ਕੱਲ੍ਹ ਵੀ ਅਸੀਂ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਗਏ ਸੀ ਔਰ ਉੱਧਰ ਵੀ ਬਹੁਤ ਉਤਸ਼ਾਹ ਸਾਨੂੰ ਮਿਲਿਆ, ਔਰ ਅੱਜ ਸਾਰਾ ਦਿਨ AC ਅਸੀਂ ਪੂਰੇ ਹਲਕੇ ਦੇ ਅੰਦਰ ਫੀਲਡ ਦੇ ਅੰਦਰ ਹੈਗੇ ਹਾਂ, ਔਰ ਅੱਗੇ ਅੱਗੇ ਜਿਹੜੀਆਂ ਮੀਟਿੰਗਾਂ ਆ ਹੋਰ ਵੱਡੀਆਂ ਆਉਂਦੀਆਂ ਜਾ ਰਹੀਆਂ, ਲੋਕਾਂ ਦਾ ਇਕੱਠ ਵੀ ਵੱਡਾ ਹੁੰਦਾ ਜਾ ਰਿਹਾ। ਸਾਨੂੰ ਪੂਰਨ ਉਮੀਦ ਆ ਵੀ ਇੱਥੋਂ ਜਿਹੜੇ ਸਾਡੇ ਉਮੀਦਵਾਰ ਹੈਗੇ ਆ ਸ਼੍ਰੀਮਾਨ ਸੋਮ ਪ੍ਰਕਾਸ਼ ਜੀ ਰਿਟਾਇਰਡ IAS ਉਹ ਜੇਤੂ ਰਹਿਣਗੇ, ਕਿਉਂਕਿ ਲੋਕ ਉਹਨਾਂ ਦੇ ਨਾਲ ਆ ਔਰ ਸਮਰਥਨ ਦੇ ਰਹੇ ਆ। ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਸਾਰਾ ਪ੍ਰੋਗਰਾਮ ਆ ਇਹ ਅਕਾਲੀ ਦਲ ਔਰ BJP ਦੀ ਸਾਂਝੀ ਮੁਹਿੰਮ ਆ, ਔਰ ਦਿਨੋ ਦਿਨ ਜਿਹੜਾ ਚੋਣ ਪ੍ਰਚਾਰ ਦੇ ਨਾਲ ਜਿਹੜਾ ਆਪਣੇ ਸਾਡੇ ਉਮੀਦਵਾਰ ਆ ਉਹਨਾਂ ਦਾ ਜਿਹੜਾ ਇਹ ਚੋਣ ਪ੍ਰਚਾਰ ਆ ਦਿਨ ਵੀ ਦਿਨ ਭੱਖ ਰਿਹਾ ਆ, ਔਰ ਲਾਮਬੰਦ ਹੋ ਰਹੇ ਸਾਡੇ ਵਰਕਰ, ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਹੰਬਲਾ ਜਿਹੜਾ ਵੱਡਾ ਦੇਖੂਗੇ, ਔਰ ਰੈਲੀਆਂ ਵੀ ਕਰਾਂਗੇ ਔਰ ਵੱਖਰੇ ਵੱਖਰੇ ਤਰੀਕੇ ਨਾਲ ਅਸੀਂ ਨਵਾਂ ਚੋਣ ਪ੍ਰਚਾਰ ਕਰਕੇ ਆਪਣਾ ਜਿਹੜਾ ਉਮੀਦਵਾਰ ਆ ਉਹਨੂੰ ਜਿੱਤ ਬਣਾਵਾਂਗੇ। ਬਿਊਰੋ ਰਿਪੋਰਟ, ਸਾਈ TV। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।